ਮੈਨੂੰ ਗੁੱਸਾ ਆ ਰਿਹਾ ਤਾਂ ਜ਼ਰੂਰੀ ਨਹੀਂ ਮੈਂ ਕਿਸੇ ਦੇ ਕੁਛ ਮਾਰੂੰਗਾ ਜਾਂ ਕਿਸੇ ਨੂੰ ਬੋਲੂੰਗਾ। ਅਸੀਂ ਦਿਨਾਲੀ ਦੀ ਗੱਲ ਕੀਤੀ ਹੈ ਮੋਢਿਆਂ 'ਤੇ ਵੀ ਐਡੀ ਬਹੁਤ ਖਤਰਨਾਕ ਬੰਦਾ ਹੈ ਵੀ ਇੱਦਾਂ ਦਾ ਅਸਲ 'ਚ ਵੀ ਬੰਦਾ ਸਿੰਗਰ ਹੁੰਦਾ ਜਾਂ ਸਿੱਧੂ ਮੂਸੇਵਾਲਾ ਬਾਈ ਸਿੱਧੂ ਮੂਸੇਵਾਲਾ ਹਾਂ ਬਿਲਕੁਲ ਮੈਂ ਅਸੀਂ ਬਹੁਤ ਵਧੀਆ ਪਿਆਰ ਸੀ ਸਾਡਾ ਬਾਈ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਸਟੂਡੀਓ ਦੇ ਵਿੱਚ ਸਿੰਗਰ ਪਹੁੰਚੇ ਆ ਜਦੋਂ ਵੀ ਕੋਈ ਨਵਾਂ ਸਿੰਗਰ ਸਾਡੇ ਸਟੂਡੀਓ 'ਚ ਆਉਂਦਾ ਹੈ ਵੈਸੇ ਸਾਡੇ ਵਾਸਤੇ ਨਵੇਂ ਨਹੀਂ ਪਹਿਲਾਂ ਵੀ ਅਸੀਂ ਡਬਿੰਗ ਕੀਤੀ ਆ ਸੁਦੇਸ਼ ਕੁਮਾਰ ਜੀ ਨਾਲ ਇਹਨਾਂ ਦੇ ਗੀਤ ਆਏ ਨੇ ਅਤੇ ਜਦੋਂ ਕੋਈ ਸਿੰਗਰ ਆਉਂਦਾ ਅਸੀਂ ਤੁਹਾਡੇ ਨਾਲ ਮਿਲਾਉਂਦੇ ਹਾਂ ਉਹਨਾਂ ਦੀ ਆਵਾਜ਼ ਤੁਹਾਨੂੰ ਸੁਣਾਉਂਦੇ ਹਾਂ ਤਾਂ ਕਿ ਉਹਨਾਂ ਦੀ ਆਵਾਜ਼ ਤੁਸੀਂ ਸੁਣ ਸਕੋ ਅਤੇ ਉਹਨਾਂ ਦੇ ਗੀਤਾਂ ਦਾ ਆਨੰਦ ਲੈ ਸਕੋ ਅਤੇ ਐਡੀ ਜੀ ਸਾਡੇ 'ਚ ਪਹੁੰਚੇ ਨੇ ਸਟੂਡੀਓ 'ਚ ਹਾਂਜੀ ਐਡੀ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ 4 ਗਾਣੇ ਡੱਬ ਕੀਤੇ ਹਾਂ ਜੀ ਬਾਈ ਕੋਲ ਮਾਨਸਾ ਪਹੁੰਚੇ ਹਾਂ ਸਰ ਸਿਮਰਨ ਸਟੂਡੀਓ ਬਾਈ ਦੇ ਅਤੇ ਮੇਰੇ ਪਹਿਲਾਂ ਵਾਲੇ ਗਾਣਿਆਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਜਿਵੇਂ ਪਿੱਛੇ ਗਾਣਾ ਆਇਆ ਸੀ ਮੋਹ ਜਸ ਰੈਕਡ 'ਚੋਂ ਬਾਈ ਅਤੇ ਮਹੀਨਾ ਪੂਰਾ ਟ੍ਰੈਂਡਿੰਗ ਚੱਲਿਆ ਉਹ ਗਾਣਾ ਅਤੇ 10,000 ਪਲੱਸ ਰੀਲਸ ਬਣ ਗਈ ਉਹਦੇ ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਸਾਡੇ ਵਾਲੇ ਆਉਣ ਵਾਲੇ ਪ੍ਰੋਜੈਕਟ ਵੀ ਰੈਡੀ ਨੇ ਅਗਲਾ ਵਾਈਬ ਗਾਣਾ ਮੱਚਦੇ ਹੀ ਰਹਿਣਗੇ ਦੋ ਅਗਲੇ ਬੰਦੇ ਲਗਾਤਾਰ ਬਾਈ ਕੋਲ ਅਸੀਂ 4-5 ਗਾਣੇ ਡੱਬ ਕਰੇ ਹਾਂ ਅਤੇ ਲਾਈਨ ਅਪ ਨੇ ਅਤੇ ਹੌਲੀ ਹੌਲੀ ਤੁਹਾਨੂੰ ਸਾਰੇ ਸੁਣਾਵਾਂਗੇ ਗਾਣੇ ਹਾਂਜੀ ਹਾਂ ਬਹੁਤ ਘੈਂਟ ਚੱਲਿਆ ਪਹਿਲਾਂ ਉਹ ਗੀਤ ਜਿਹੜਾ ਆਪਣਾ ਮੋਹ ਗੀਤ ਹੈ ਕਾਫੀ ਵਧੀਆ ਰੀਲਾਂ ਵਗੈਰਾ ਬਣੀਆਂ ਹੁੰਦੀਆਂ ਕਾਫੀ ਕਿੰਨੀਆਂ ਰੀਲਾਂ ਬਣ ਗਈਆਂ ਸੀ 10,000 ਪਲੱਸ ਰੀਲ ਸੀ 10,000 ਪਲੱਸ ਚੱਲ ਰਹੀਆਂ ਹਾਲੇ ਵੀ ਕੰਟੀਨਿਊ ਹਾਂ ਬਹੁਤ ਵੱਡਾ ਹੌਸਲਾ ਹੁੰਦਾ ਸਿੰਗਰ ਵਾਸਤੇ ਜਦੋਂ ਰੀਲਾਂ ਬਣਨੀ ਕਿਉਂਕਿ ਉਹਨਾਂ ਦੇ ਇਹਦਾ ਮਤਲਬ ਹੁੰਦਾ ਵੀ ਤੁਹਾਡੇ ਗਾਣੇ ਨੂੰ ਕੋਈ ਪਿਆਰ ਕਰਦਾ ਤਾਂ ਹੀ ਸਿਲੈਕਟ ਕਰਕੇ ਜਾਂ ਸਰਚ ਕਰਕੇ ਉੱਥੇ ਰੀਲਾਂ ਬਣਦੀਆਂ ਹੈ ਨਾ ਅਤੇ ਬਹੁਤ ਵਧੀਆ ਗੀਤ ਚੱਲਿਆ ਹੈਗਾ ਬਾਕੀ ਕੰਮ ਬਹੁਤ ਵਧੀਆ ਲਿਖਦਾ ਬਹੁਤ ਕਲਮ ਆਪ ਹੀ ਲਿਖਦੇ ਹੋ ਹਾਂਜੀ 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 ਵੀਰੇ ਠੀਕ ਹੈ ਹਾਂ ਇਹਨਾਂ ਦੀ ਆਪਦੀ ਕਲਮ ਹੁੰਦੀ ਹੈ ਅਤੇ ਅਗਰ ਕਿਸੇ ਨੂੰ ਕੋਈ ਗੀਤ ਲਿਖੇ ਦੀ ਲੋੜ ਹੁੰਦੀ ਹੈ ਤਾਂ ਉਹ ਵੀ ਜਿਹੋ ਜਿਹਾ ਗੀਤ ਤੁਸੀਂ ਚਾਹੋਗੇ ਉਹ ਜਿਹੇ ਦੇਣਗੇ ਜਿਸ ਹਿਸਾਬ ਨਾਲ ਮਤਲਬ ਐਗਰੀਮੈਂਟ ਤੁਹਾਡਾ ਹੋਊਗਾ ਕਮਿਟਮੈਂਟ ਹੋਊਗੀ ਉਸ ਹਿਸਾਬ ਨਾਲ ਗੱਲਬਾਤ ਹੋਊਗੀ ਅਤੇ ਬਾਕੀ ਗੀਤ ਬਹੁਤ ਵਧੀਆ ਨੇ ਮੈਂ ਦੇਖਿਆ 4 ਗੀਤ ਅਸੀਂ ਅੱਜ ਡੱਬ ਕੀਤੇ ਆ ਸਾਰੇ ਗੀਤ ਹੀ ਪੂਰੇ ਵਧੀਆ ਨੇ ਕੋਈ ਐਂ ਨਹੀਂ ਗਾ ਵੀ ਇੱਕ ਅੱਧਾ ਗੀਤ ਮਾੜਾ ਹੋਵੇ ਸਾ ਹਰ ਇੱਕ ਟੇਸਟ ਦਾ ਗੀਤ ਹੈ ਅਤੇ ਹਰ ਇੱਕ ਸਟਾਈਲ ਦਾ ਗੀਤ ਜਿਹੜਾ ਹੈਗਾ ਇਹਨਾਂ ਨੇ ਗਾਇਆ ਅਤੇ ਇਹ ਕਿੰਨਾ ਕੁ ਚਿਰ ਹੋ ਗਿਆ ਆਈਡੀ ਆਪਾਂ ਨੂੰ ਗਾਉਂਦੇ ਨੂੰ ਜਾਂ ਲਿਖਦੇ ਨੂੰ ਲਿਖਦੇ ਨੂੰ ਤਾਂ ਵੀਰੇ ਮੈਨੂੰ ਹੋ ਗਏ ਮੈਂ ਲਿਖਣ ਲੱਗ ਗਿਆ ਸੀ ਪਲੱਸ 2 'ਚ ਅੱਛਾ 2012 'ਚ ਸੀਗਾ ਠੀਕ ਹੈ 2012 ਤੋਂ 11 ਸਾਲ ਹੋ ਗਏ ਬਈ ਲਿਖਦੇ ਨੂੰ ਤਾਂ ਠੀਕ ਹੈ ਬਾਖੂਬੀ ਨਿਭਾਏ ਨੇ ਤੇ ਪੂਰੀ ਐਂਜਮਾ ਮੈਚਿੰਗ ਹੋਈ ਹੈ ਗੀਤ ਦੀ ਬੜੇ ਜੇ ਹੁਣ ਆਪਾਂ ਸੁਣਾ ਦੀਏ ਦੋ ਲੈਣਾ ਬਿਲਕੁਲ ਮੈਂ ਰਥਲੈਸ ਗਾਣੀ ਦੀਆਂ ਦੋ ਲੈਣਾ ਸੁਣਾਉਣਾ ਹਾਂਜੀ ਹਾਂਜੀ ਸੁਣਾਓ ਉਹ ਮੋਢੇ ਉੱਤੇ ਸਾਡੇ ਓਏ ਦਨਾਲੀ ਹੁੰਦੀ ਐ ਅੱਖ ਲਾਲ ਜੇਬ ਵਿੱਚ ਕਾਲੀ ਹੁੰਦੀ ਐ ਸੌਫਟ ਹਰਟ ਕਦੋਂ ਦੇ ਨੇ ਵਿੱਚ ਤੇ ਵੈਪਨਾਂ ਦੇ ਨਾਲ ਸਾਡੀ ਯਾਰੀ ਹੁੰਦੀ ਐ ਤੇਰੇ ਸ਼ਹਿਰ ਤੱਕ ਸਾਡੀ ਹੋ ਗਈ ਚਰਚਾ ਕਰਦੇ ਨੇ ਕੁੜੇ ਮੁੰਡੇ ਖੁੱਲਾ ਖਰਚਾ ਗੱਭਰੂ ਨੂੰ ਪਿੰਡ ਵਿੱਚ ਸਾਗ ਨਾ ਹੋਵੇ ਜਿਹਦੇ ਉੱਤੇ ਕਦੇ ਘਟਿਆ ਨੀ ਪਰਚਾ ਫੇਮਸ ਐ ਸਾਡਾ ਬੜਾ ਟਾਊਨ ਬੱਲੀਏ ਕਰ ਦਿੰਦੇ ਬੰਦਾ ਇਹ ਬਲਾਉਣ ਬੱਲੀਏ ਐਡੀ ਹੋਰੀ ਸਾਰੇ ਬੜੀ ਗੁੱਤੀ ਚੀਜ਼ ਨੇ ਬੈਲਟਾਂ ਦੇ ਵਿੱਚ ਗੋਲੀ ਚਾਲੀ ਹੁੰਦੀ ਐ ਮੋਢੇ ਉੱਤੇ ਸਾਡੇ ਓਏ ਦਨਾਲੀ ਹੁੰਦੀ ਐ ਵਾਹ ਜੀ ਬਹੁਤ ਵਧੀਆ ਅੱਛਾ ਗੱਲ ਦੱਸੋ ਜਿਵੇਂ ਤੁਸੀਂ ਦਨਾਲੀ ਦੀ ਗੱਲ ਕੀਤੀ ਹੈ ਮੋਢਿਆਂ 'ਤੇ ਵੀ ਐਡੀ ਬਹੁਤ ਖਤਰਨਾਕ ਬੰਦਾ ਵੀ ਇੱਦਾਂ ਦਾ ਅਸਲ 'ਚ ਵੀ ਬੰਦਾ ਸਿੰਗਰ ਹੁੰਦਾ ਜਾਂ ਕੋਈ ਗੀਤ ਨਹੀਂ ਨਹੀਂ ਵੀਰੇ ਇਹ ਸਿਰਫ ਸ਼ਬਦਾਂ 'ਚ ਹੁੰਦਾ ਠੀਕ ਤੁਸੀਂ ਮੈਨੂੰ ਜਾਣਦੇ ਹੋ ਕਾਫੀ ਟਾਈਮ ਤੋਂ ਜਾਣਦੇ ਹੋ ਨਹੀਂ ਚਲੋ ਆਪਾਂ ਸਰੋਤਿਆਂ ਨੂੰ ਦੱਸਣਾ ਸੀਗਾ ਮੈਂ ਸਰੋਤਿਆਂ ਨੂੰ ਹੀ ਦੱਸ ਰਿਹਾ ਵੀ ਤੁਸੀਂ ਮੈਨੂੰ ਪਰਸਨਲੀ ਜਾਣਦੇ ਹੋ ਤੇ ਤੁਹਾਨੂੰ ਪਤਾ ਵੀ ਮੇਰੇ ਨੇਚਰ ਦਾ ਕਿੱਦਾਂ ਦਾ ਬਿਲਕੁਲ ਬਿਲਕੁਲ ਉਹੀ ਮੈਂ ਤਾਂ ਸਵਾਲ ਕੀਤਾ ਵੀ ਉਹ ਸਿਰਫ ਇੱਕ ਨਾ ਥੋਟ ਹੁੰਦਾ ਗਾਣਿਆਂ 'ਚ ਜੀ ਕਿ ਜ਼ਰੂਰੀ ਨਹੀਂ ਕਿ ਜਿਵੇਂ ਮੈਨੂੰ ਸਪੋਜ਼ ਕਰੋ ਮੈਨੂੰ ਗੁੱਸਾ ਆ ਰਿਹਾ ਤਾਂ ਜ਼ਰੂਰੀ ਨਹੀਂ ਮੈਂ ਕਿਸੇ ਦੇ ਕੁਛ ਮਾਰੂੰਗਾ ਜਾਂ ਕਿਸੇ ਨੂੰ ਬੋਲੂੰਗਾ ਮੈਂ ਮੇਰੀ ਪੜਾਸ ਕਲਮ 'ਚ ਕੱਢੂੰਗਾ ਕਲਮ 'ਚ ਕੱਢੂੰ ਬਸ ਉਹ ਚੀਜ਼ ਹੈ ਹੋਰ ਕੁਛ ਨਹੀਂ ਬਾਈ ਬਿਲਕੁਲ ਨਾ ਵੈਸੇ ਤਾਂ ਬਹੁਤ ਸਾਊ ਸੁਭਾਅ ਹੈ ਮੈਂ ਤਾਂ ਹੀ ਸਵਾਲ ਕੀਤਾ ਵੀ ਉਹਦਾ ਮੁੰਡਾ ਬਹੁਤ ਮਤਲਬ ਇੱਦਾਂ ਦੀ ਗੱਲਬਾਤ ਕੋਈ ਹੈ ਨਹੀਂ ਜਿਵੇਂ ਕਈ ਹੋਰ ਵੀ ਸਿੰਗਰ ਨੇ ਅਤੇ ਉਹਨਾਂ 'ਚ ਆਪਾਂ ਦੇਖ ਸਾਰਿਆਂ 'ਚ ਹੁੰਦਾ ਬਾਈ ਸਾਰਿਆਂ 'ਚ ਹੁੰਦਾ ਕਿਉਂਕਿ ਸਭ ਤੋਂ ਵੱਡੀ ਐਗਜ਼ਾਮਪਲ ਸਿੱਧੂ ਮੂਸੇਵਾਲਾ ਬਾਈ ਸਿੱਧੂ ਮੂਸੇਵਾਲਾ ਹਾਂ ਬਿਲਕੁਲ ਮੈਂ ਅਸੀਂ ਬਹੁਤ ਵਧੀਆ ਪਿਆਰ ਸੀ ਸਾਡਾ ਬਾਈ ਨਾਲ ਤੇ ਆਹ ਗਾਣਾ ਵੀ ਮੈਂ ਬਾਈ ਨੂੰ ਦਿਖਾ ਕੇ ਲਿਖਿਆ ਜਿਹੜਾ ਹੁਣ ਸੁਣਾਇਆ ਰਥਲੈਸ ਬਾਈ ਦਾ ਹੀ ਸਿਲੈਕਟ ਕਰਿਆ ਹੋਇਆ ਗਾਣਾ ਸੀ ਠੀਕ ਹੈ ਤੇ ਬਸ ਇਹੀ ਹੈ ਵੀ ਨੇਚਰ ਨਹੀਂ ਹੁੰਦਾ ਇਦਾਂ ਦਾ ਕਲਾਕਾਰ ਛੁਪਿਆ ਹੋਇਆ ਉਹ ਵਾਰ ਵਾਰ ਕਿਸੇ ਨਾ ਕਿਸੇ ਦੀ ਐਕਟਿੰਗ ਕਰਦਾ ਕਦੇ ਉਹ ਮਤਲਬ ਡੈਵਲ ਦੀ ਐਕਟਿੰਗ ਕਰਦਾ
ਕਦੇ ਉਹ ਕਿਸੇ ਨਰਮ ਬੰਦੇ ਦੀ, ਕਦੇ ਉਹ ਸ਼ਰਧਾਲੂ ਦੀ ਐਕਟਿੰਗ ਜਦੋਂ ਆਪਾਂ ਧਾਰਮਿਕ ਗੀਤ ਕਰਦੇ ਹਾਂ ਉਦੋਂ ਪੂਰੀ ਸ਼ਰਧਾ ਨਾਲ ਭਰਪੂਰ ਹੁੰਦੇ ਆਪਾਂ, ਹਨਾ? ਉਦੋਂ ਤਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ। ਬਿਲਕੁਲ ਬਿਲਕੁਲ ਬਾਈ, ਸੇਮ ਆਈ ਜਿਵੇਂ ਕੋਈ ਐਕਟਰ ਆ ਗਿਆ ਫਿਲਮ 'ਚ, ਹੁਣ ਉਹ ਕਿਸੇ ਫਿਲਮ 'ਚ ਗੁੰਡ ਹੈ, ਕਿਸੇ ਫਿਲਮ 'ਚ ਉਹ ਸਾਊ ਬੰਦਾ ਬਣ ਜਾਊ, ਸੋ ਉਹ ਤਾਂ ਇੱਕ ਪਾਰਟ ਹੈ ਉਹਦਾ ਨਾ ਕੰਮ ਦਾ। ਸਿੰਗਰਸ ਨੂੰ ਬੜਾ ਟਾਰਗੇਟ ਕੀਤਾ ਜਾਂਦਾ ਵੀ ਇਹਨੇ ਆਹ ਗੀਤ ਗਾਇਆ, ਆਹ ਕਿਉਂ ਲਿਖਿਆ, ਆਹ ਗਾਇਆ, ਹਨਾ? ਵੀ ਫਿਲਮਾਂ 'ਚ ਨਹੀਂ ਕਿਹਾ ਜਾਂਦਾ ਵੀ ਯਾਰ ਸਨੀ ਦਿਓਲ ਨੇ ਬੰਦੇ ਕਿਉਂ ਕੁੱਟੇ ਜਾਂ ਦੂਜੇ ਨੇ ਡਿਪਲੋਮੈਸੀ ਕਹਾਂਗੇ ਆਪਾਂ ਇਹਨੂੰ। ਹਾਂ ਬਿਲਕੁਲ ਬਿਲਕੁਲ, ਬਾਕੀ ਇਹਦੇ ਕਦੇ ਖੁੱਲ੍ਹ ਕੇ ਵੀ ਕਿਸੇ ਵਿਦਵਾਨ ਨਾਲ ਵੀ ਚਰਚਾ ਆਪਾਂ ਕਰਾਂਗੇ ਅਤੇ ਗੱਲ ਇਹ ਵਿਚਾਰਨਯੋਗ ਵੀ ਹੈ ਵੀ ਜ਼ਿਆਦਾਤਰ ਟਾਰਗੇਟ ਜਿਹੜਾ ਉਹ ਸਿੰਗਰ ਜਾਂ ਗੀਤਕਾਰਾਂ ਨੂੰ ਕੀਤਾ ਜਾਂਦਾ ਗਾ, ਅਤੇ ਜਦ ਕਿ ਇੱਦਾਂ ਨਹੀਂ ਹੁੰਦਾ, ਜਾਂ ਸਾਰਿਆਂ ਨੂੰ ਕੀਤਾ ਜਾਵੇ, ਹਨਾ? ਹਰ ਇੱਕ ਮਤਲਬ ਚਾਹੇ ਆਪਾਂ ਪੋਲੀਟੀਕਲ ਦੇ ਵਿੱਚ ਲਾ ਲਈਏ, ਕਿਤੇ ਵੀ ਲਾ ਲਈਏ, ਬੰਦੇ ਔਗੁਣ ਭਰੇ ਵੀ ਬਹੁਤ ਹੁੰਦੇ ਨੇ। ਬਿਲਕੁਲ ਬਿਲਕੁਲ, ਚੰਗੇ ਵੀ ਬਹੁਤ ਹੁੰਦੇ ਨੇ, ਚੰਗੇ ਵੀ ਹੁੰਦੇ ਆ। ਹਾਂ ਚਲੋ, ਧੰਨਵਾਦ ਜੀ, ਅਸੀਂ ਤੁਹਾਡੇ ਨਾਲ ਮੁਲਾਕਾਤ ਕਰਾਈ ਹੈ, ਮੁੰਡੇ ਦੀ ਬਹੁਤ ਸੋਹਣਾ ਗਾਉਂਦਾ ਹੈ, ਕਿਉਂਕਿ ਜਦੋਂ ਵੀ ਸਾਨੂੰ ਕੋਈ ਲੱਗਦਾ ਵੀ ਟੈਲੈਂਟਡ ਆਵਾਜ਼ ਹੈਗੀ ਹੈ ਕਿਸੇ ਦੀ ਜਾਂ ਕਲਮ ਹੈਗੀ ਹੈ, ਤਾਂ ਥੋੜ੍ਹਾ ਜਿਹਾ ਅਸੀਂ ਤੁਹਾਨੂੰ ਜ਼ਰੂਰ ਦਿਖਾਉਂਦੇ ਹਾਂ ਵੀ ਸਟੂਡੀਓ ਦੇ ਵਿੱਚ ਸਾਡੇ ਕੀ ਹੁੰਦੇ ਨੇ, ਕਿਹੋ ਜਿਹੇ ਬੰਦੇ, ਕਿਸ ਤਰ੍ਹਾਂ ਦੇ ਆਉਂਦੇ ਨੇ, ਕੀ ਉਹਨਾਂ ਕੋਲ ਹੈਗਾ ਮਟੀਰੀਅਲ ਆਪਣਾ, ਅਤੇ ਬਾਈ ਕੋਲ ਬਹੁਤ ਵਧੀਆ। ਸਾਰੇ ਅਸੀਂ ਕਾਮਨਾ ਕਰਦੇ ਹਾਂ ਕਿ ਬਾਈ ਦੇ ਗੀਤ ਦਿਨ ਤੋਂ ਗੁਣੀ ਰਾਤ ਤੋਂ ਗੁਣੀ ਤਰੱਕੀ ਕਰਨ, ਅਤੇ ਅੱਗੇ ਵਾਸਤੇ ਸੁਪਰ ਸਟਾਰ ਬਣ ਕੇ ਹੋਰ ਵੀ ਅੱਗੇ, ਵੈਸੇ ਤਾਂ ਚਲੋ ਹਰ ਇੱਕ ਸਿੰਗਰ ਸੁਪਰ ਸਟਾਰ ਹੀ ਹੁੰਦਾ, ਅਤੇ ਬਹੁਤ ਵੱਡੇ ਲੈਵਲ 'ਤੇ ਹੋ ਕੇ ਸਾਡੇ ਕੋਲ ਵੀ ਰਹੇ, ਇਹ ਸਾਡੀ ਕਾਮਨਾ ਹੈ। ਚਲੋ ਠੀਕ ਹੈ, ਲਈਏ ਵੀ ਬਾਈ। ਠੀਕ ਹੈ ਜੀ, ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ।